ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਗੁਰਚਰਨ ਨੂਰਪੁਰ ਪੇਸ਼ ਕਰਨ ਲੱਗਿਆ ਇੱਕ ਨਜ਼ਮ, ਉਹ ਵੇਲੇ ਜਦ ਮੱਝੀਆਂ ਚਾਰਨ ਲਈ ਖੇਤੀ ਲੈ ਜਾਂਦੇ ਸਾਂ। ਜਦ ਮੱਝੀਆਂ ਚਾਰਨ ਲਈ ਖੇਤੀ ਲੈ ਜਾਂਦੇ ਸਾਂ, ਰੋਟੀ ਇੱਕ ਦੂਜੇ ਦੀ ਜਦ ਖੋਹ ਕੇ ਖਾਂਦੇ ਸਾਂ। ਜਦ ਮੱਝੀਆਂ ਚਾਰਨ ਲਈ ਖੇਤੀ ਲੈ ਜਾਂਦੇ ਸਾਂ, ਰੋਟੀ ਇੱਕ ਦੂਜੇ ਦੀ ਜਦ ਖੋਹ ਕੇ ਖਾਂਦੇ ਸਾਂ। ਆਥਣ ਨੂੰ ਬੇਰੀਆਂ ਤੋਂ ਲਾਉਣੇ ਜਾਂ ਬੇਰ ਜਦੋਂ, ਆਥਣ ਨੂੰ ਬੇਰੀਆਂ ਤੋਂ ਲਾਉਣੇ ਜਾਂ ਬੇਰ ਜਦੋਂ, ਚਾਵਾਂ ਨਾਲ ਮਾਵਾਂ ਵੀ ਕਹਿੰਦੀਆਂ ਸੀ ਸ਼ੇਰ ਜਦੋਂ। ਉਹ ਦਿਨ ਵੀ ਕੀ ਦਿਨ ਸੀ, ਉਹ ਦਿਨ ਵੀ ਕੀ ਦਿਨ ਸੀ, ਖੁਸ਼ੀਆਂ ਵਿੱਚ ਰੰਗੇ ਸੀ। ਕੀ ਦੱਸਾਂ ਸੱਜਣਾ ਓਏ, ਉਹ ਵੇਲੇ ਚੰਗੇ ਸੀ। ਰੱਖਣੀ ਗੁਲੇਲ ਕੋਲ ਰਾਖੀ ਲਈ ਛੱਲੀਆਂ ਦੀ, ਰੱਖਣੀ ਗੁਲੇਲ ਕੋਲ ਰਾਖੀ ਲਈ ਛੱਲੀਆਂ ਦੀ, ਸਬਜ਼ੀ ਕਿਆ ਬਣਦੀ ਸੀ ਗੁਆਰੇ ਦੀਆਂ ਫਲੀਆਂ ਦੀ। ਖਰਾਸ ਦੇ ਆਟੇ ਲਈ ਬਲਦਾਂ ਦੀ ਜੋੜੀ ਸੀ, ਨਾ ਜੀਪ ਸਕੂਟਰ ਸੀ, ਵਿਰਲੀ ਪਿੰਡ ਘੋੜੀ ਸੀ। ਬਾਪੂ ਵੀ ਐਰਨ 'ਤੇ ਚੰਡਦਾ ਸੀ ਕਸੀਏ, ਜਦ ਕੋਲ ਆ ਬਹਿੰਦੇ ਸਨ ਗੱਲਾਂ ਦੇ ਰਸੀਏ। ਜਦ ਗੱਲਾਂ ਖੁਰਾਕ ਦੀਆਂ, ਗੱਲਾਂ ਸੀ ਜ਼ੋਰ ਦੀਆਂ, ਗੱਲਾਂ ਸੀ ਅਣਖ ਦੀਆਂ, ਗੱਲਾਂ ਸੀ ਖੌਰ ਦੀਆਂ। ਵਲ ਛਲਣਾ ਕੋਈ ਸੀ, ਸਿੱਧੇ ਸਾਧੇ ਬੰਦੇ ਸੀ। ਕੀ ਦੱਸਾਂ ਸੱਜਣਾ ਹੋਏ, ਉਹ ਵੇਲੇ ਚੰਗੇ ਸੀ। ਕੀ ਦੱਸਾਂ ਮਿੱਤਰਾ ਹੋਏ, ਉਹ ਵੇਲੇ ਚੰਗੇ ਸੀ। ਘਰ ਮੁੜਨਾ ਲੋਡੇ ਵੇਲੇ ਲੱਗਦੀ ਸੀ ਭੁੱਖ ਜਦੋਂ, ਕਾੜਨੀ ਦੇ ਦੁੱਧ ਨਾਲ ਟੁੱਟਦੇ ਸੀ ਦੁੱਖ ਜਦੋਂ। ਨਹਾਉਣਾ ਵਿੱਚ ਨਹਿਰਾਂ ਦੇ ਤੇ ਰੁੱਖਾਂ 'ਤੇ ਚੜ੍ਹਦੇ ਸਾਂ, ਕਿੱਸਾ ਜਦ ਪੂਰਨ ਦਾ ਹੇਕਾਂ ਲਾ ਪੜ੍ਹਦੇ ਸਾਂ। ਬਾਪੂ ਸੀ ਹਲ ਜੋੜਦਾ ਪੈਰ ਦੇ ਤੜਕੇ ਜਦ ਚਰਖਾ ਮਾਂ ਡਾਹ ਲੈਂਦੀ ਪੂਣੀਆਂ ਕਰਕੇ। ਜਦ ਮਿੱਠਾ ਸੀ ਕਿੰਨਾ ਲੱਗਦਾ ਸੰਗੀਤ ਮਧਾਣੀ ਦਾ, ਮਨ ਨੂੰ ਸਕੂਨ ਸੀ ਮਿਲਦਾ ਨਾਨਕ ਦੀ ਬਾਣੀ ਦਾ। ਨਾ ਹੋੜ ਸੀ ਪੈਸੇ ਦੀ, ਲੋਕ ਸੂਲੀ ਨਾ ਟੰਗੇ ਸੀ। ਕੀ ਦੱਸਾਂ ਮਿੱਤਰਾ ਹੋਏ, ਉਹ ਵੇਲੇ ਚੰਗੇ ਸੀ। ਕੀ ਦੱਸਾਂ ਸੱਜਣਾ ਹੋਏ, ਉਹ ਵੇਲੇ ਚੰਗੇ ਸੀ। ਕਣਕ ਨੂੰ ਗਾਉਣ ਲਈ ਪਾਉਂਦੇ ਸੀ ਗਾਹ ਜਦੋਂ, ਦਾਣਿਆਂ ਨੂੰ ਕੱਢਣ ਦਾ ਹੁੰਦਾ ਸੀ ਚਾਅ ਜਦੋਂ। ਕਣਕ ਨੂੰ ਗਾਉਣ ਲਈ ਪਾਉਂਦੇ ਸੀ ਗਾਹ ਜਦੋਂ, ਦਾਣਿਆਂ ਨੂੰ ਕੱਢਣ ਦਾ ਹੁੰਦਾ ਸੀ ਚਾਅ ਜਦੋਂ। ਸ਼ੱਕਰ ਵਿੱਚ ਘਿਓ ਦੇ ਪਾ, ਮਾਂ ਕਦੋਂ ਲਿਆਵੇਗੀ, ਵੇਖਣਾ ਰਾਹਾਂ ਵੱਲ ਰੋਟੀ ਕਦ ਆਵੇਗੀ। ਬੋੜਾਂ ਦੇ ਹੇਠਾਂ ਆ ਬਹਿੰਦੇ ਸਭ ਲੋਕ ਸੀ, ਪੀਣ ਲਈ ਗੁੜ ਦਾ ਸ਼ਰਬਤ ਪੈਪਸੀ ਨਾ ਕੋਕ ਸੀ। ਨਸ਼ਿਆਂ ਤੋਂ ਦੂਰ ਬੜੀ ਰਹਿੰਦੀ ਜਵਾਨੀ ਸੀ, ਗੱਭਰੂ ਸੀ ਚੱਕਦੇ ਬੋਰੀਆਂ, ਕਬੱਡੀ ਭਲਵਾਨੀ ਸੀ। ਫੋਕੀਆਂ ਟੌਹਰਾਂ ਨੇ ਅੱਜ ਦੇ ਦੌਰ ਦੀ ਗੱਲ ਕੀਤੀ ਹੈ ਕਿ ਦੁਨੀਆ ਬਦਲਾ ਦਿੱਤੀ, ਜਵਾਨੀ ਮੇਰੇ ਦੇਸ਼ ਦੀ ਪੁੱਠੇ ਰਾਹ ਪਾ ਦਿੱਤੀ। ਕੁਝ ਟੀਵੀ ਚੈਨਲਾਂ ਨੇ, ਕੁਝ ਅਸ਼ਲੀਲ ਅਖਬਾਰਾਂ ਨੇ, ਕੁਝ ਡਾਂਸ ਕਲੱਬਾਂ ਨੇ, ਕੁਝ ਬੀਅਰ ਬਾਰਾਂ ਨੇ, ਕੁਝ ਵਾਧੂ ਫੈਸ਼ਨ ਨੇ ਸਾਡੀ ਸੁਰਤ ਭੁਲਾ ਦਿੱਤੀ। ਜਵਾਨੀ ਮੇਰੇ ਦੇਸ਼ ਦੀ ਪੁੱਠੇ ਰਾਹ ਪਾ ਦਿੱਤੀ। ਪਰਤ ਕੇ ਆਉਣੇ ਨਹੀਂ, ਦਿਨ ਖੁਸ਼ੀਆਂ ਰੰਗੇ ਸੀ, ਵੇਲੇ ਜੋ ਲੰਘ ਗਏ, ਉਹ ਵੇਲੇ ਚੰਗੇ ਸੀ। ਕੀ ਦੱਸਾਂ ਸੀ।